ਸੀਸੀਟੀਵੀ ਫੁਟੇਜ ਜਿਹੜੀ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਉਸ ਨੂੰ ਜ਼ਰਾ ਧਿਆਨ ਨਾਲ ਵੇਖੋ। ਕਿਸ ਤਰੀਕੇ ਨਾਲ ਦਿਨ ਦਿਹਾੜੇ ਸ਼ਾਤਿਰ ਚੋਰ ਘਰਾਂ ਦੇ ਬਾਹਰ ਖੜੇ ਵਾਹਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਜੀ ਹਾਂ, ਮਾਮਲਾ ਬਟਾਲਾ ਦਾ ਦੱਸਿਆ ਜਾ ਰਿਹਾ, ਜਿੱਥੇ ਦੋ ਅਣਪਛਾਤੇ ਨੌਜਵਾਨ ਇੱਕ ਮੋਟਰਸਾਈਕਲ 'ਤੇ ਆਉਂਦੇ ਨੇ ਅਤੇ ਉੱਥੇ ਖੜਿਆ ਘਰ ਦੇ ਬਾਹਰ ਹੈ ਜਿਹੜਾ ਦੂਜਾ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਨੇ। ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਪਹਿਲਾਂ ਇਹ ਨੌਜਵਾਨ ਗਲੀ ਦੇ ਵਿੱਚ ਆਉਂਦੇ ਨੇ, ਮੌਕਾ ਵੇਖਦੇ ਨੇ, ਆਲੇ ਦੁਆਲੇ ਵੇਖਦੇ ਨੇ ਅਤੇ ਜਿਵੇਂ ਹੀ ਗਲੀ ਮੁਹੱਲੇ ਦੇ ਵਿੱਚ ਗੁਜ਼ਰ ਰਹੇ ਲੋਕ ਉੱਥੋਂ ਚਲੇ ਜਾਂਦੇ ਨੇ ਤਾਂ ਮੌਕਾ ਦੇਖਦੇ ਦੂਸਰਾ ਮੋਟਰਸਾਈਕਲ ਚੋਰੀ ਕਰਕੇ ਇਹ ਸ਼ਾਤਿਰ ਚੋਰ ਹੈ ਜਿਹੜੇ ਫਰਾਰ ਹੋ ਜਾਂਦੇ ਨੇ, ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਬਟਾਲਾ ਤੋਂ ਲੱਕੀ ਦੀ ਰਿਪੋਰਟ, ਲੁਧਿਆਣਾ ਲਾਏ। ਸੀਸੀਟੀਵੀ ਫੁਟੇਜ ਜਿਹੜੀ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਉਸ ਨੂੰ ਜ਼ਰਾ ਧਿਆਨ ਨਾਲ ਵੇਖੋ। ਕਿਸ ਤਰੀਕੇ ਨਾਲ ਦਿਨ ਦਿਹਾੜੇ ਸ਼ਾਤਿਰ ਚੋਰ ਘਰਾਂ ਦੇ ਬਾਹਰ ਖੜੇ ਵਾਹਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਜੀ ਹਾਂ, ਮਾਮਲਾ ਬਟਾਲਾ ਦਾ ਦੱਸਿਆ ਜਾ ਰਿਹਾ, ਜਿੱਥੇ ਦੋ ਅਣਪਛਾਤੇ ਨੌਜਵਾਨ ਇੱਕ ਮੋਟਰਸਾਈਕਲ 'ਤੇ ਆਉਂਦੇ ਨੇ ਅਤੇ ਉੱਥੇ ਖੜਿਆ ਘਰ ਦੇ ਬਾਹਰ ਹੈ ਜਿਹੜਾ ਦੂਜਾ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਨੇ। ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਪਹਿਲਾਂ ਇਹ ਨੌਜਵਾਨ ਗਲੀ ਦੇ ਵਿੱਚ ਆਉਂਦੇ ਨੇ, ਮੌਕਾ ਵੇਖਦੇ ਨੇ, ਆਲੇ ਦੁਆਲੇ ਵੇਖਦੇ ਨੇ ਅਤੇ ਜਿਵੇਂ ਹੀ ਗਲੀ ਮੁਹੱਲੇ ਦੇ ਵਿੱਚ ਗੁਜ਼ਰ ਰਹੇ ਲੋਕ ਉੱਥੋਂ ਚਲੇ ਜਾਂਦੇ ਨੇ ਤਾਂ ਮੌਕਾ ਦੇਖਦੇ ਦੂਸਰਾ ਮੋਟਰਸਾਈਕਲ ਚੋਰੀ ਕਰਕੇ ਇਹ ਸ਼ਾਤਿਰ ਚੋਰ ਹੈ ਜਿਹੜੇ ਫਰਾਰ ਹੋ ਜਾਂਦੇ ਨੇ, ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਬਟਾਲਾ ਤੋਂ ਲੱਕੀ ਦੀ ਰਿਪੋਰਟ, ਲੁਧਿਆਣਾ ਲਾਏ।